ਤੁਸੀਂ ਸ਼ਾਮਿਲ ਹੋ ਹਰਜਿੰਦਰ ਸਿੰਘ ਸ਼ੋਅ 93.1 ਰੈਡ ਐਫਐਮ ਤੇ। ਮੇਰੇ ਨਾਲ ਜਗਰੂਪ ਸਿੰਘ ਬਰਾੜ MLA ਜਿਹੜੇ ਕਈ ਵਾਰ MLA ਬਣ ਚੁੱਕੇ ਨੇ ਉਹ ਗੱਲਬਾਤ ਕਰਨਗੇ। ਬਰਾੜ ਸਾਹਿਬ ਜੀ ਆਇਆਂ ਨੂੰ ਜੀ ਤੁਹਾਡਾ ਬਹੁਤ ਬਹੁਤ ਸਵਾਗਤ। ਔਰ ਮੈਂ ਮੁਬਾਰਕਬਾਦ ਦਿੰਦਾ ਤੁਹਾਨੂੰ ਰੈਡ ਐਫਐਮ ਨੂੰ ਤੁਹਾਡੇ ਸਾਰੇ ਨੂੰ ਤੁਹਾਨੂੰ ਕਿ ਤੁਸੀਂ ਜਿਹੜੀ ਇਹ ਇੱਕ ਇਤਿਹਾਸਿਕ ਬਿਲਡਿੰਗ ਦੇ ਵਿੱਚ ਇੱਕ ਨਵਾਂ ਇਤਿਹਾਸ ਸਿਰਜਿਆ। ਇੱਥੇ ਆ ਕੇ ਪਹਿਲੀ ਵਾਰੀ ਇੱਕ ਪੰਜਾਬੀ ਭਾਸ਼ਾ ਦਾ ਬੋਲਣ ਵਾਲਾ ਰੇਡੀਓ ਪ੍ਰੋਗਰਾਮ ਹੈ, ਉਹਨੇ ਲੋਕਾਂ ਨੂੰ ਸੰਬੋਧਨ ਹੋਇਆ ਔਰ ਇੱਥੇ ਪੰਜਾਬੀ ਬੋਲਣ ਵਾਲੇ MLA ਵੀ ਹੈਗੇ ਆ, ਔਰ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਇਸ ਗੱਲ ਦੀਆਂ। ਤੁਸੀਂ ਜ਼ਿਕਰ ਕਰਦੇ ਆ ਰਹੇ ਹੋ ਸਵੇਰ ਦੇ, ਮੈਂ ਤੁਹਾਡੇ ਆਲਮੋਸਟ ਸਾਰੇ ਹੀ ਜਿਹੜੀਆਂ ਇੰਟਰਵਿਊ ਸੁਣੀਆਂ ਨੇ ਕਿ 123 ਸਾਲ ਪੁਰਾਣੀ ਬਿਲਡਿੰਗ ਹੈਗੀ ਹੈ। ਇਹ ਬਿਲਡਿੰਗ ਭਾਰਤ ਦੀ ਆਜ਼ਾਦੀ ਤੋਂ 47 ਸਾਲ ਪਹਿਲਾਂ ਬਣ ਚੁੱਕੀ ਸੀ। ਅੱਛਾ, 47 ਸਾਲ ਪਹਿਲਾਂ ਬਣ ਚੁੱਕੀ ਸੀ। ਐਡਾ ਲੰਬਾ ਇਹਦਾ ਇਤਿਹਾਸ ਹੈ ਇਸ ਬਿਲਡਿੰਗ ਦੇ ਵਿੱਚ। ਬੜਾ ਕੁਛ ਹੋਇਆ, ਬੜਾ ਕੁਛ ਮਾੜਾ ਹੋਇਆ, ਬੜਾ ਕੁਛ ਹੁਣ ਚੰਗਾ ਹੋ ਰਿਹਾ ਹੈ। ਹੁਣ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਇੱਕ ਸਮਾਂ ਸੀ ਸਾਨੂੰ ਇੱਥੇ ਸਾਡੇ ਖਿਲਾਫ਼ ਇਸੇ ਬਿਲਡਿੰਗ ਦੇ ਵਿੱਚ ਕਾਨੂੰਨ ਬਣੇ ਨੇ, ਸਾਨੂੰ ਪਾਕੀ ਕਿਹਾ ਗਿਆ, ਸਾਨੂੰ ਹਿੰਦੂ ਕਿਹਾ ਗਿਆ, ਔਰ ਇਸੇ ਤਰੀਕੇ ਨਾਲ ਜਿਹੜੇ ਨੇਟਿਵ ਲੋਕ ਸੀ ਉਹਨਾਂ ਦੀਆਂ ਇੱਥੇ ਜਿਹੜੀਆਂ ਮੂਰਤਾਂ ਲਾਈਆਂ ਗਈਆਂ, ਔਰਤਾਂ ਦੀਆਂ ਮਿਊਰਲਸ ਜਿਹੜੀਆਂ ਹੈਗੀਆਂ ਉਹ ਲਾਈਆਂ ਗਈਆਂ। ਲੇਕਿਨ ਉਹ ਕਾਫ਼ੀ ਕੁਛ ਹੁਣ ਹਟਾ ਦਿੱਤਾ ਗਿਆ। ਹੁਣ ਚੰਗਾ ਸਮਾਂ ਆਇਆ, ਹੁਣ ਇਕੁਆਲਿਟੀ ਦੀ, ਜਸਟਿਸ ਦੀ, ਫੇਅਰਨੈਸ ਦੀ ਗੱਲਬਾਤ ਹੋ ਰਹੀ ਹੈ। ਪਰ ਮੈਨੂੰ ਇਹ ਕਹਿਣ 'ਚ ਕੋਈ ਝਿਜਕ ਨਹੀਂ ਹੈ ਕਿ ਹਲੇ ਸਾਰਾ ਕੁਛ ਠੀਕ ਨਹੀਂ ਹੋਇਆ, ਹਲੇ ਵੀ ਬੜਾ ਰੇਸਿਜ਼ਮ ਹੈਗਾ, ਹਲੇ ਵੀ ਬੜਾ ਕੁਛ ਜਿਹੜਾ ਹਿਸਟੋਰਿਕ ਮਿਸਟੇਕਸ ਨੇ ਗਈਆਂ, ਵਜਰ ਮਿਸਟੇਕ ਕੀਤੀਆਂ ਹੋਈਆਂ, ਉਹਨਾਂ ਨੂੰ ਕਰੈਕਟ ਕਰਨ ਦੀ ਜਿਹੜੀ ਲੋੜ ਹੈਗੀ ਹੈ। ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮੈਂ ਉਸ ਸਰਕਾਰ ਦਾ ਹਿੱਸਾ ਜਿਹੜੀ ਉਸ ਜਿਹੜੀ ਹਿਸਟੋਰਿਕ ਜਿਹੜੀਆਂ ਮਿਸਟੇਕਸ ਹੋਈਆਂ ਜਾਂ ਰੇਸਿਜ਼ਮ ਨੂੰ ਕਰੈਕਟ ਕਰਨ ਵਾਸਤੇ ਵਚਨਬੱਧ ਜ਼ਰੂਰ ਹੈਗੀ ਹੈ, ਲੇਕਿਨ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ ਕਿ ਅਸੀਂ ਕਿੰਨਾ ਕੰਮ ਕਰ ਸਕਦੇ ਹਾਂ। ਸੋ ਤੁਸੀਂ ਤਾਂ ਹੁਣ ਲੰਬਾ ਸਮਾਂ MLA ਰਹੇ ਹੋ, ਤੁਸੀਂ ਕਈ ਰੰਗ ਵੇਖੇ ਆ ਇੱਥੇ, ਜਦੋਂ ਪਹਿਲਾਂ ਚੁਣ ਕੇ ਆਏ ਸੀ ਕਿਵੇਂ ਮਹਿਸੂਸ ਕੀਤਾ ਕਿ ਅਸੀਂ ਉਸੇ ਬਿਲਡਿੰਗ ਦੇ ਵਿੱਚ ਹੁਣ ਉਸ ਐਡਮਿਨਿਸਟ੍ਰੇਸ਼ਨ ਦਾ ਹਿੱਸਾ ਬਣ ਰਹੇ ਹਾਂ ਜਿਸ ਐਡਮਿਨਿਸਟ੍ਰੇਸ਼ਨ ਨੇ, ਜਿਹਨੇ ਸਰਕਾਰਾਂ ਨੇ ਇੱਥੇ ਸਾਨੂੰ ਅੰਦਰ ਆਉਣਾ ਤਾਂ ਇੱਕ ਪਾਸੇ ਰਿਹਾ, ਵੋਟ ਦਾ ਹੱਕ ਨਹੀਂ ਸੀ ਦਿੱਤਾ ਹੋਇਆ? ਜਿੱਥੇ ਸਾਹਿਬ, ਜਦੋਂ ਮੈਂ ਪਹਿਲੀ ਵਾਰ ਚੁਣ ਕੇ ਆਇਆ, ਤੁਹਾਨੂੰ ਪਤਾ ਹੋਣਾ ਚਾਹੀਦਾ, ਉਸ ਵੇਲੇ ਸਾਡਾ ਹਾਲ ਇਹ ਸੀਗਾ ਕਿ ਸਾਡੇ ਵਿਧਾਨ ਸਭਾ ਦੇ ਵਿੱਚ ਸਿਰਫ 2 ਹੀ MLA ਸੀਗੇ, ਤੁਸੀਂ ਬਾਕੀ 77 ਲਿਬਰਲ MLA ਸੀਗੇ, ਇੱਕ ਜੈਨੀ ਕੁਆਨ ਸੀ ਅਤੇ ਇੱਕ ਜੋਏ ਮਕਫੇਲ ਸੀਗੇ। ਸੋ ਮੈਨੂੰ BC ਦੇ ਲੋਕਾਂ ਨੇ ਔਰ ਖਾਸ ਕਰਕੇ ਪੈਨੋਰਾਮਾ ਦੇ ਲੋਕਾਂ ਨੇ ਉਦੋਂ ਮੌਕਾ ਦਿੱਤਾ, ਤੁਸੀਂ ਵੀ ਉਹਦੇ ਵਿੱਚ ਮੈਨੂੰ ਪਤਾ ਉਹਦੇ ਸ਼ਾਮਿਲ ਸੀਗੇ। ਬੜੀ ਵੱਡੀ ਬਾਈ ਇਲੈਕਸ਼ਨ ਹੋਈ ਸੀ, ਮੈਨੂੰ ਚੁਣ ਕੇ ਇੱਥੇ ਭੇਜਿਆ, ਮੇਰੇ ਲਈ ਬਹੁਤ ਵੱਡਾ ਮਾਣ ਸੀ ਉਹ, ਕਿਉਂਕਿ ਮੈਂ ਤੀਜਾ ਜਿਹੜਾ ਹੈਗਾ MLA ਚੁਣ ਕੇ ਇੱਥੇ ਆਇਆ, ਔਰ ਉਸ ਵੇਲੇ ਮੈਂ ਵੈਨਕੂਵਰ ਤੋਂ ਲੈ ਕੇ ਕਲੋਨੇ ਤੱਕ ਸਾਰੇ ਸੂਬੇ 'ਚ ਇਕੱਲਾ ਹੀ ਪੰਜਾਬੀ MLA NDP ਦਾ ਸੀਗਾ। ਔਰ ਉਹਦੇ ਨਾਲ ਮੈਂ ਸਮਝਦਾ ਕਿ ਬਹੁਤ ਸਾਰੇ ਲੋਕਾਂ ਨੇ ਮਹਿਸੂਸ ਕੀਤਾ ਕਿ ਜਿਹੜਾ NDP ਦੇ ਵਿੱਚ ਦੁਬਾਰਾ ਜਿਹੜੀ ਰੂਹ ਇੱਕ ਨਵੀਂ ਜਿਹੜੀ ਹੈਗੀ ਹੈ ਉਹ ਫੂਕੀ ਗਈ, ਅਤੇ ਜਿਹੜੇ ਸਾਡੇ ਵਲੰਟੀਅਰ ਸੀ ਉਹਨਾਂ ਦੇ ਵਿੱਚੋਂ ਜਿਹੜਾ ਦੁਬਾਰਾ ਜਿਹੜੀ ਹੈਗੀ ਹੈ ਐਨਰਜੀ ਪੈਦਾ ਹੋਈ। ਕੈਰਲ ਜੇਮਸ ਨੇ ਤੁਹਾਡੀ ਕਾਫੀ ਮਦਦ ਕੀਤੀ, ਤੁਹਾਨੂੰ ਟ੍ਰੇਨ ਵੀ ਕੀਤਾ ਮੇਰੇ ਖਿਆਲ? ਹਾਂਜੀ ਹਾਂਜੀ, ਮੈਂ ਕੈਰਲ ਜੇਮ ਦੇ ਨਾਲ ਬਹੁਤ ਨੇੜੇ ਹੋ ਕੇ ਕੰਮ ਕੀਤਾ, ਔਰ ਉਹਨਾਂ ਨੇ ਬੜੀ ਵਧੀਆ ਲੀਡਰਸ਼ਿਪ BC ਦੇ ਲੋਕਾਂ ਨੂੰ ਦਿੱਤੀ ਹੈ, ਔਰ ਉਸ ਤੋਂ ਸ਼ੁਰੂ ਕਰਕੇ ਜੀ ਮੈਨੂੰ 5 ਵਾਰੀ ਲੋਕਾਂ ਨੇ ਆਪਣਾ ਨੁਮਾਇੰਦਾ ਚੁਣ ਕੇ ਇੱਥੇ ਭੇਜਿਆ। ਬਹੁਤ ਵੱਡਾ ਸਤਿਕਾਰ ਹੈ, ਮੈਂ ਧੰਨਵਾਦ ਕਰਦਾ BC ਦੇ ਲੋਕਾਂ ਦਾ, ਵਿਸ਼ੇਸ਼ ਤੌਰ ਦੇ ਉੱਤੇ ਸਰੀ ਦੇ ਲੋਕਾਂ ਦਾ ਔਰ ਫਲੀਟਪੁਰ ਦੇ ਲੋਕਾਂ ਦਾ ਜਿਨ੍ਹਾਂ ਨੇ ਮੇਰੇ ਮੱਥੇ 'ਤੇ ਤਾਜ ਲਾ ਕੇ ਇੱਥੇ ਭੇਜਿਆ। ਇਹ ਜਿਹੜਾ ਲੋਕਾਂ ਦਾ ਹਾਊਸ ਹੈ, ਇੱਥੇ ਤੁਸੀਂ ਲੋਕਾਂ ਦੀ ਗੱਲਬਾਤ ਕਰ ਸਕਦੇ ਹਾਂ ਔਰ ਲੋਕਾਂ ਦੀ ਆਵਾਜ਼ ਉਠਾ ਸਕਦੇ ਹਾਂ, ਉਹ ਤੁਹਾਡੇ ਕੋਲ ਮੌਕਾ ਹੈ, ਔਰ ਮੈਂ ਕੋਸ਼ਿਸ਼ ਵੀ ਕਰਦਾ ਕਿ ਜਿਹੜੀ ਲੋਕਾਂ ਦੀ ਗੱਲਬਾਤ ਹੈ ਇੱਥੇ ਉਹ ਉਠਾਈ ਜਾਵੇ। ਬਹੁਤ ਸ਼ੁਕਰੀਆ ਤੁਹਾਡਾ ਅਤੇ ਤੁਹਾਡੀ ਰੈਡ ਐਫ ਟੀਮ ਦਾ ਇੱਕ ਵਾਰੀ ਫਿਰ ਬਹੁਤ ਬਹੁਤ ਸ਼ੁਕਰੀਆ। ਮੈਂ ਤਾਂ ਤੁਹਾਨੂੰ ਇਹ ਕਹਿੰਦਾ ਵੀ ਦੁਬਾਰਾ ਫਿਰ ਵੀ ਆਇਓ, ਬਲਕਿ ਇੱਥੇ ਬਹੁਤ ਸਾਰੇ ਰਿਪੋਰਟਰ ਨੇ, ਬਹੁਤ ਸਾਰੇ ਅਦਾਰਿਆਂ ਦੇ, ਤੁਹਾਨੂੰ ਪਤਾ ਹੈ, ਅਸੀਂ ਚਾਹਾਂਗੇ ਕਿ ਇੱਥੇ ਪੰਜਾਬੀ ਰਿਪੋਰਟਰ ਵੀ ਹੋਵੇ। ਥੈਂਕ ਯੂ, ਸੋ ਮਿਹਰਬਾਨੀ, ਸ਼ੁਕਰੀਆ। Red FM.